ਕੰਮ ਹੀ ਕਰਨਾ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈ ਗੌਰ ਕਰਿਆ बॉम्बे फिल्मां च काम करदी आ उहने साडी माई बारे एक बहुत गलत जिहा व्यंग कीता असीं असीं गुरु के वाले आ असीं बाबे के वाले आ गल सुन बीबी असीं उह तां है नहीं हुण वी जिद्दां दी तेरी भाषा असीं उदां दी भाषा वरतांगे असीं उहनां दे धीआं पुत्त ही है नहीं जिहड़े ऐसी भाषा वरतांगे सानूं तां साडे गुरु ने इक्को गल सिखाई है वी जिहड़ी वी कुड़ी तुहाडे तों कोई 10 साल वड्डी है जां छोटी है साडी उह भैण ही है इस करके असीं वी तैनूं उसे भाषा नाल ही बुलावांगे क्योंकि साडा कद तेरे तों बड़ा वड्डा है असीं तैनूं कुछ गंदी भाषा बोल के तेरे नाल कोई बदसलूकी करके असीं साडे गुरुआं ते धब्बा नहीं लावांगे तैनूं तेरी सोच नूं तरकार है बस तेरी सोच बहुत नीवी है भैण मेरी है उम्र च तू मेरे तो वड्डी होएगी तैनू महाराज ने नाम भी बहुत दिता है ना पर जिहड़ी गल बाणी चो कदे फरोल के देखी अंग साडा बाबा कहिंदा तपो राज ते राजो नरक तप तो बाद सानू राज तां देता महाराज ने सानू मशहूरियां पैसा माया पदार्थ बहुत बख्शते पर बस गल ओही है कि तड़के असीं पढ़दे हां सारे घड़ी है सुरत मत मन बुद्ध तू चारां तों वांझी रहेगी भैण इस करके थोड़ा बहुत आपदी मत नूं हलूणा मार वह जिहड़ी बीबी बारे व्यंग करदी है ना वह माई भागो है ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜ੍ਹਿਆ ਤੁਸੀਂ ਇਤਿਹਾਸ ਨਹੀਂ ਪੜ੍ਹਿਆ ਤੁਸੀਂ ਬਸ ਉਹੀ ਆ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਛ ਵੀ ਬੋਲ ਦਿੰਦੇ ਹੋ ਤਾਂ ਜੇ ਉਹਦੀ ਦਰਗਾਹ 'ਚ ਜਾ ਕੇ ਮਾੜਾ ਮੋਟਾ ਚਾਹੁੰਦੀ ਹੈ ਤਾਂ ਅੱਜ ਹੀ ਆਪਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਅਤੇ ਭੁੱਲ ਬਖਸ਼ਾਲੀ ਉਹ ਮਾਈ ਭਾਗੋ ਵਰਗੀਆਂ ਨੇ ਸਾਡੀਆਂ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਨਾ ਤਾਂ ਉਹ ਸਾਡੇ ਮਾਈ ਭਾਗੋ ਤੋਂ ਘੱਟ ਨਹੀਂ ਹੈਗੀਆਂ ਉਹ ਸੂਰਮੇ ਆ ਸਾਡੇ ਉਹਨਾਂ ਦੇ ਸਿਰਾਂ 'ਤੇ ਅਸੀਂ ਸਾਰੇ ਜਿਹੜੇ ਆ ਜਵਾਨ ਪੁੱਤ ਬੈਠੇ ਆ ਅਸੀਂ ਖੇਡਦੇ ਫਿਰਦੇ ਹਾਂ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਣ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਅੱਤਵਾਦੀ ਹੈ ਅਤੇ ਨਾ ਹੀ ਅੱਜ ਦਾ ਤੂੰ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਵੀ ਫੋਨਾਂ 'ਤੇ ਕੀ ਕੁਛ ਵਾਪਰੀ ਜਾਂਦਾ ਤਾਂ ਇਹਨਾਂ ਦਾ ਤਾਂ ਸੰਘਰਸ਼ 'ਚ ਧਿਆਨ ਹੈ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਕਈ ਉਹ ਗੱਲ ਪੜ੍ਹਦੇ ਆ ਤੇਰਾ ਟਵੀਟ ਦੇਖਦੇ ਆ ਤਾਂ ਜਾਣੀ ਬਸ ਤਰਕਾਰ ਹੀ ਹੈ ਹੋਰ ਨਹੀਂ ਮੈਂ ਤੁਹਾਨੂੰ ਕੁਛ ਕਹੂੰਗਾ ਮਾਲਕ ਤੈਨੂੰ ਸਮੱਤ ਬਖਸ਼ੇ ਤੇਰੀ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਵੀ ਹੈ ਮਹਾਰਾਜ ਉਹਨੂੰ ਉਹਨੂੰ ਵਾਪਸ ਮੋੜ ਕੇ ਲਿਆਵੇ ਜ਼ਰੂਰ ਆਪਦਾ ਪਛਤਾਪ ਕਰ ਲਈ ਮਾਲਕ ਨੂੰ ਜਾਣ ਦੇਣੀ ਆ ਆਪਾਂ ਜੀ ਹਾਂ ਜਿਹੜੀ ਪੋਸਟ ਪਾਈ ਆ ਜੀ ਉਹਨੇ ਪੋਸਟ ਦੇ ਵਿੱਚ ਉਹਨੇ ਸਾਡੀ ਮਾਈ ਆ ਇੱਕ ਝੰਡਾ ਫੜਿਆ ਹੋਇਆ ਕਿਸਾਨ ਯੂਨੀਅਨ ਨਗਰਾਹਾਂ ਦਾ ਉਹਨੇ ਅਤੇ ਉਹਦੀ ਫੋਟੋ ਦੇ ਨਾਲ ਉਹਨੇ ਫੋਟੋ ਜੋੜ ਕੇ ਪਾਈ ਆ ਵੀ ਇਹ ਪਹਿਲਾਂ ਇਹ ਮਾਤਾ ਰੋਲ ਕਰਦੀ ਆ ਪੈਸੇ ਲੈ ਕੇ ਰੋਲ ਕਰਦੀ ਆ ਨਾ ਛੋਟੇ ਛੋਟੇ ਉਹਨਾਂ ਨੇ ਲਿਖ ਕੇ ਪਾਇਆ ਫਿਰ ਜਿਹੜੀਆਂ ਉਹਦੇ ਪਿੱਛੇ ਮਾਤਾ ਦਿਖ ਰਹੀਆਂ ਨੇ ਝੰਡੇ ਫੜਿਆ ਵਾਲੀਆਂ ਉਹ ਵੀ ਰੋਲ ਵਾਲੀਆਂ ਨੇ ਇਹ ਯਾਰ ਕਿੱਡੀ ਪੁਰਾਣੀ ਫੋਟੋ ਆ 3 ਸਾਢੇ 3 ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਾਡੀਆਂ ਯੂਨੀਅਨਾਂ ਦਾ ਸਾਡੀਆਂ ਮਾਈਆਂ ਨੇ ਸਾਡੇ ਮੋਢੇ ਨਾਲ ਮੋਢੇ ਜੋੜ ਕੇ ਇਹ ਲੜਾਈ ਆ ਜਿਹੜੀ ਲੜੀ ਆ ਜੇ ਅਸੀਂ ਖੇਤੀ ਕਰਦੇ ਸੀਗੇ ਖੇਤਾਂ 'ਚ ਬਿਜ਼ੀ ਹੁੰਦੇ ਸੀਗੇ ਸਾਡੇ ਭਰਾ ਤਾਂ ਮਾਈਆਂ ਆ ਕੇ ਮੋਰਚੇ ਸਾਂਭਦੀਆਂ ਸੀਗੀਆਂ ਅਤੇ ਇਹ ਜਾਣ ਲੈਣਾ ਚਾਹੀਦਾ ਵੀ ਕੀ ਪਾ ਰਹੇ ਹੋ ਤੁਸੀਂ ਕੀ ਪੋਸਟ ਕਰ ਰਹੇ ਹੋ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਸਮਝੋ ਯਾਰ ਇਸ ਗੱਲ ਨੂੰ ਤੁਸੀਂ ਫਿਲਮ ਦੇਖਣ ਜਾ ਵੜਦੇ ਹੋ ਐ ਜਾਂਦੀ ਹੈ ਨਾ ਅਤੇ ਆਪਾਂ ਬਾਈਕਾਟ ਕਰੀਏ ਯਾਰ ਠੋਕ ਕੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੇ ਸਗੋਂ ਢਾਲ ਆ ਰਹੇ ਨੇ ਸਾਡੇ ਸੰਘਰਸ਼ ਨੂੰ ਇੱਦਾਂ ਦੇ ਲੋਕਾਂ ਦਾ ਅਸੀਂ ਬਾਈਕਾਟ ਕਰੀਏ ਸਤਿ ਸ਼੍ਰੀ ਅਕਾਲ